ਛੱਤਸ਼੍ਰੀ ਕਾਲਜੀ ਮੈਂ ਪ੍ਰਵੀਨ ਕੁਆਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਜਿਹੜਾ ਬਾਲ ਟੈਂਡੈਂਟ ਦਾ ਪੇਪਰ ਸੀ ਉਹਦੀ ਡੇਟ ਤਾਂ ਆਈ ਚੁੱਕੀ ᱛੀ ਹੁਣ ਮਤਲਬ ਕਿ ਐਡਮਿਟ ਕਾਰਡ ਵੀ ਆ ਚੁੱਕੇ ਤੇ ਅੱਜ ਉਹਨਾਂ ਨੇ ਮਤਲਬ ਡਿਕਲੇਅਰ ਕਰਤਾ ਜੀ ਕਿ ਜਿਹੜੇ-ਜਿਹੜੇ ਸਥਾਨ ਦੇ ਉੱਤੇ ਪੇਪਰ ਹੈ ਜੀ ਕਿਸੇ ਦਾ ਚੰਡੀਗੜ੍ਹ ਹੈ ਕਿਸੇ ਦਾ ਮੋਹਾਲੀ ਹੈ ਉਹ ਸਾਰੀ ਡਿਟੇਲ ਦੇਵਾਂਗੇ ਜੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੀ ਆਪਣੇ ਚੈਨਲ ਨੂੰ ਤਾਂ ਜੋ ਨਿਊ ਨਿਊ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰ ਚਲੋ ਵੀਡੀਓ ਸ਼ੁਰੂ ਕਰਦੇ ਆ ਜੀ ਇਹ ਸਾਈਟ ਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਹੈ ਉੱਥੇ ਜਾ ਕੇ ਤੁਸੀਂ ਸਮਝ ਲਓ ਪਹਿਲਾਂ ਉਸ ਤੋਂ ਬਾਅਦ ਡਿਸਕ੍ਰਿਪਸ਼ਨ 'ਚ ਜਾ ਕੇ ਤੁਸੀਂ ਆਪ ਦਾ ਡਾਊਨਲੋਡ ਕਰਕੇ ਦੇਖ ਲੈਣਾ ਕਿੱਥੇ ਆ ਸਭ ਤੋਂ ਪਹਿਲਾਂ ਇਹ ਸਾਈਟ ਤੇ ਖੋਲ ਲੈਣੀ ਆ ਜੀ ਉਸ ਤੋਂ ਬਾਅਦ ਖੋਲਣ ਤੋਂ ਬਾਅਦ ਤੁਸੀਂ ਨੀਚੇ ਚੈੱਕ ਕਰ ਸਕਦੇ ਹੋ ਜੀ ਜਿਹੜਾ ਛਾਪਿਆ ਹੋਇਆ ਜਿਸ ਦਾ ਤੁਹਾਡਾ ਰੋਲ ਨੰਬਰ ਪਤਾ ਤਾਂ ਇਸ ਰਾਹੀਂ ਅਸਲ ਤਾਂ ਤੁਸੀਂ ਐਪਲੀਕੇਸ਼ਨ ਨੰਬਰ ਨਾਲ ਹੀ ਪਤਾ ਕਰੋ ਐਪਲੀਕੇਸ਼ਨ ਨੰਬਰ ਕਿਹੜਾ ਤੇ ਜੀ ਪੀ ਟ੍ਰਿਪਲ ਐਸ ਬੀ ਐਚ 0 ਇਹੋ ਜੀ ਇਹ ਆਪਣਾ ਐਪਲੀਕੇਸ਼ਨ ਨੰਬਰ ਹੈ ਤਾਨੂੰ ਆਈਡੀ ਤੇ ਮਿਲੇ ਗਿਆ ਹੁਣ ਉਹ ਪੜਨਾ ਜੀ ਇੱਥੇ ਜਦੋਂ ਆਪਾਂ ਕਲਿੱਕ ਕਰਾਂਗੇ ਜੀ ਉਸ ਤੋਂ ਬਾਅਦ ਤੁਸੀਂ ਇਹ ਚੈੱਕ ਕਰ ਸਕਦੇ ਹੋ ਪਹਿਲਾਂ ਐਪਲੀਕੇਸ਼ਨ ਨੰਬਰ ਪਾ ਲੂਗਾ ਜੀ ਉਸ ਤੋਂ ਬਾਅਦ ਡੇਟ ਆਫ ਬਰਥ ਪਾ ਲੂਗਾ ਜੀ ਠੀਕ ਹੈ ਜੀ ਇਹ ਚੀਜ਼ਾਂ ਭਰ ਲੈਣੇ ਜੀ ਇਹਨੇ ਆਪਾਂ ਆਹ ਤੁਸੀਂ ਦੇਖ ਸਕਦੇ ਹੋ ਜੀ ਆਈਡੀ ਤੇ ਪਾਸਵਰਡ ਕਰਤਾ ਜੀ ਉਸ ਤੋਂ ਬਾਅਦ ਆ ਲਿਖਿਆ ਹੋਇਆ ਜੀ ਜਨਰੇਟ ਐਡਮਿਟ ਕਾਰਡ ਇਸ ਤੇ ਕਲਿੱਕ ਕਰਨਾ ਜੀ ਤੁਸੀਂ ਠੀਕ ਹੈ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆ ਉੱਪਰ ਦੇਖ ਸਕਦੇ ਹੋ ਜੀ ਆਈਡੀ ਪਾਸਵਰਡ ਆ ਗਿਆ ਜੀ ਉਸ ਤੋਂ ਬਾਅਦ ਆ ਜਿਹੜਾ ਲਿਖਿਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਡਾਊਨਲੋਡ ਐਡਮਿਟ ਕਾਰਡ ਜਨਰੇਟ ਐਡਮਿਟ ਕਾਰਡ ਤੁਸੀਂ ਆ ਡਾਊਨਲੋਡ ਐਡਮਿਟ ਕਾਰਡ ਤੇ ਕਲਿੱਕ ਕਰਦੇ ਨੇ ਜੀ ਉਸ ਤੋਂ ਬਾਅਦ ਤੁਹਾਨੂੰ ਇਹ ਆਟੋਮੈਟਿਕ ਕਹਿ ਦੂਗਾ ਜੀ ਵੀ ਡਾਊਨਲੋਡ ਕਰ ਲਓ ਐਡਮਿਟ ਕਾਰਡ ਠੀਕ ਹੈ ਜੀ ਇੱਕ ਵਾਰ ਹੋਰ ਕਰ ਸਕਦੇ ਹਾਂ ਜੀ ਓਕੇ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦੀ ਪੀਡੀਐਫ ਬਣ ਜੂਗੀ ਜੀ 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 ਵਿੱਚ ਆ ਸਾਰੀ ਡਿਟੇਲ ਦਿੱਤੀ ਹੋਗੀ ਜੀ ਤੁਹਾਨੂੰ ਆ ਤੁਸੀਂ ਚੈੱਕ ਕਰ ਸਕਦੇ ਹੋ ਐਗਜ਼ਾਮ ਸੈਂਟਰ ਨੇਮ ਸਾਰੀ ਡਿਟੇਲ ਦਿੱਤੀ ਹੈ ਜੀ ਆ ਦੇਖ ਸਕਦੇ ਹੋ ਚੰਡੀਗੜ੍ਹ ਯੂਨੀਵਰਸਿਟੀ ਐਨ ਐਚ 95 ਲੁਧਿਆਣਾ ਚੰਡੀਗੜ੍ਹ ਸਟੇਟ ਹਾਈਵੇ ਪੰਜਾਬ ਠੀਕ ਹੈ ਜੀ ਆ ਡੇਟ ਦਿੱਤੀ ਹੋਗੀ ਟਾਈਮ ਵੀ ਦਿੱਤਾ ਹੋਗਾ ਜੀ ਠੀਕ ਹੈ ਜੀ ਆ ਦੇਖ ਸਕਦੇ ਹੋ ਡਰਮ ਡਿਰੇਸ਼ਨ 100 ਮਿੰਟਾਂ ਦਾ ਪੇਪਰ ਹੈ ਜੀ ਸਾਰੀ ਡਿਟੇਲ ਇਸ ਵਿੱਚ ਦਿੱਤੀ ਹੋਊਗੀ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਆ ਤਿੰਨ ਬਿੰਦੂ ਨਜ਼ਰ ਆ ਰਹੇ ਨੇ ਇਸ ਤੇ ਕਲਿੱਕ ਕਰਨਾ ਤੁਸੀਂ ਆ ਡਾਊਨਲੋਡ ਦੇ ਕਲਿੱਕ ਕਰਨਾ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਡਾਊਨਲੋਡ ਹੋ ਚੁੱਕਿਆ ਜੀ ਐਡਮਿਟ ਕਾਰਡ ਠੀਕ ਹੈ ਜੀ ਜਿੱਥੋਂ ਜਾ ਕੇ ਤੁਸੀਂ ਇਹਨੂੰ ਪੀਡੀਐਫ ਚ ਖੋਲ ਸਕਦੇ ਹੋ ਠੀਕ ਹੈ ਜੀ ਜੇ ਬਾਈ ਚਾਂਸ ਨਾ ਖੁੱਲੇ ਕਈ ਵਾਰ ਇਹ ਪੀਡੀਐਫ ਮਤਲਬ ਕਿ ਆਏ ਖੁੱਲਦਾ ਨਹੀਂ ਹੈਗਾ ਜੀ ਉਸ ਤੋਂ ਬਾਅਦ ਤੁਸੀਂ ਇਹ ਡਾਊਨਲੋਡ ਤੇ ਕਰਕੇ ਦੁਬਾਰੋਂ ਸਾਈਟ ਸਾਰਾ ਕੁਝ ਦੁਬਾਰੋਂ ਖੋਲ ਕੇ ਦੁਬਾਰੋਂ ਡਾਊਨਲੋਡ ਕਰ ਲੈਣਾ ਜੀ ਜੇ ਬਾਈ ਚਾਂਸ ਫਿਰ ਵੀ ਨਾ ਖੁੱਲੇ ਫਿਰ 5-10 ਮਿੰਟ ਇੰਤਜ਼ਾਰ ਕਰਕੇ ਜੀ ਫਿਰ ਤੁਸੀਂ ਦੁਬਾਰਾ ਖੋਲ ਸਕਦੇ ਹੋ ਬਾਕੀ ਲਾਸਟ ਵਾਰ ਕਹਿਣਾ ਚਾਹਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਧੰਨਵਾਦ